ਤਨ ਨਿਰਮਲ ਕਰਤ ਕੇ ਆਰੋ ਹਰ ਸਿੰਚੈ ਸੁਧਾ ਸੰਜੋਰ। ਇਆ ਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਸਵਾਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਨਾਂ ਨੂੰ ਤੁਸੀਂ ਬਹੁਤ ਹੀ ਪਿਆਰ ਕਰਦੇ ਸੀ, ਅੱਜ ਉਸੇ ਗੱਲ ਦਾ ਪ੍ਰਤੀਕ ਇਸ ਹਾਲ ਵਿੱਚ ਬੈਠਣ ਦੀ ਜਗ੍ਹਾ ਨਹੀਂ ਹੈ। ਪਰਮਾਤਮਾ ਇਨਸਾਨ ਨੂੰ ਜਨਮ ਦਿੰਦਾ ਅਤੇ ਨਾਲ ਹੀ ਉਹਦੀ ਮੌਤ ਲਿਖ ਦਿੰਦਾ, ਕਾਰਨ ਕੋਈ ਵੀ ਹੋਵੇ। ਅਖਬਾਰ ਵਿੱਚ ਪੜ੍ਹਨ ਨੂੰ ਮਿਲਿਆ ਕਿ ਵੀਰ ਨੇ ਬੈਲਟ ਨਹੀਂ ਲਾਈ ਸੀ, ਇਸ ਕਰਕੇ ਉਹਦਾ ਐਕਸੀਡੈਂਟ ਹੋਇਆ ਅਤੇ ਪਰਮਾਤਮਾ ਦੇ ਕੋਲ ਚਲੇ ਗਏ। ਲੁਧਿਆਣੇ ਦਾ ਇੱਕ ਪਰਿਵਾਰ ਸੀ, ਮਰਸਡੀਜ਼ ਗੱਡੀ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਬੈਠੇ ਸਾਹਿਬ ਜਿਵੇਂ ਆਪ ਜੀ ਸਾਰੇ ਵੀਰ ਸਾਹਿਬ ਜੀ ਇੱਥੇ ਜੋ ਕਿ ਕਾਲ ਚਲਾਉਣਾ ਕਰਦੇ ਨੇ, ਉਹਨਾਂ ਨੂੰ ਸ਼ਰਧਾਂਜਲੀ ਦੇ ਸੰਬੰਧ ਅਸੀਂ ਇਕੱਠੇ ਹੋਏ ਹਾਂ। ਮੈਂ ਉਸ ਅਕਾਲ ਪੁਰਖ ਪਰਮਾਤਮਾ ਦੀ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੇ ਸਭੇ ਸੰਬੰਧੀ, ਉਹਨਾਂ ਦੇ ਮਿੱਤਰਾਂ ਦੋਸਤਾਂ ਨੂੰ, ਇਸ ਵਿਛੋੜੇ ਨੂੰ ਸਹਿਤ ਕਰਨ ਦੀ ਸ਼ਕਤੀ ਬਖਸ਼ੇ, ਬਲ ਬਖਸ਼ੇ। ਕਿਆ ਜਾਣਾ ਕਿ ਉਹ ਮਰੇ ਕਿ ਕੈਸਾ ਮਰਨਾ ਹੋਏ, ਬਹੁਤ ਹੀ ਘਟਾ ਨੂੰ ਸਿਖਾਈ ਹੈ। ਪਰ ਬੋਧ ਕਿਸ ਰੂਪ ਵਿੱਚ ਆਉਂਦੀ ਹੈ, ਕਿਸ ਸਥਾਨ ਤੇ ਆਉਂਦੀ ਹੈ, ਕਿਸ ਢੰਗ ਨਾਲ ਆਉਂਦੀ ਹੈ, ਇਸ ਦਾ ਕਿਸੇ ਇਨਸਾਨ ਨੂੰ ਪਤਾ ਨਹੀਂ। ਪ੍ਰੀਤਾ ਦਰਿਆਵੇ ਕੰਨੇ ਬਗਲਾ ਬੈਠਾ ਖੇਲ ਕਰੇ, ਖੇਲ ਕਰੇ ਤੇ ਹੰਝਰੋਂ ਅਚਿੱਤੇ ਬਾਜ ਪਏ, ਬਾਜ ਪਏ ਤੇ ਸਰੱਬ ਦੇ ਕੀਲਾਂ ਵਿਸਰੀਆਂ। ਜੋ ਗੱਲ ਚਿੱਤਰ ਇਹੀ ਸਮਝ ਆ ਰਿਹਾ ਵੀ ਇਹ ਸਾਡਾ ਯਾਰ ਰੰਗਲਾ, ਸਾਡਾ ਯਾਰ ਮੈਨੂੰ ਤਾਂ ਪਰਮਾਤਮਾ ਨਾਲ ਮਿਲਦਾ। ਮੈਂ ਲੰਘਦਾ ਪਿਆ, ਇਹ ਮੈਂ ਤੁਹਾਨੂੰ ਗੱਲ ਦੱਸਣਾ, ਮੈਂ ਰਾਤ ਲੰਘਦਾ ਪਿਆ, ਅੱਜ ਤੱਕ ਮੈਂ ਕਦੀ ਵੀ ਲੰਘਿਆ ਨਾ ਉੱਥੋਂ, ਤਾਂ ਮੈਨੂੰ ਉਹਨੇ ਫੋਨ ਕਰਕੇ ਕਿਹਾ ਪਤਾ ਨਹੀਂ ਉਸ ਦਿਨ ਨਿਗਾਹ, ਔਰ ਜਦੋਂ ਮੈਨੂੰ 6 ਵਜੇ ਸਵੇਰੇ ਪਤਾ ਲੱਗਾ ਤੇ ਮਨ ਇੰਨਾ ਉਦਾਸ, ਇਹ ਸੱਚੇ ਪਾਤਸ਼ਾਹ ਪਹਿਲਾਂ ਉਹਦੇ ਪਿਤਾ ਜੀ ਚਲੇ ਗਏ। ਏਦਾਂ ਦੇ ਇਨਸਾਨ ਜ਼ਿੰਦਗੀ ਚ ਨਹੀਂ ਲੱਭ। ਡਾਇਮੰਡ ਬੋਲੇ ਸੋਨਿਹਾਰ, ਕਿਸੇ ਲੀਡਰ ਸਾਹਿਬਾਨ ਦਾ, ਧਾਰਮਿਕ ਲੀਡਰ ਸਾਹਿਬਾਨ ਦਾ, ਕਿਸੇ ਹੋਰ ਵਿਸ਼ੇਸ਼ ਸ਼ਬਦ ਸ਼ਾਹ ਤਰੀਕੀ ਫਿਕਸ਼ਨ, ਟਾਈਮੀ ਫਿਕਸ਼ਨ, ਟਾਈਮੀ ਫਿਕਸ਼ਨ ਮਰਨ ਲਿਖਾਏ ਮੰਡਲ ਮੈਂ ਆਏ ਪਹਿਲੇ ਮਰਨ ਲਿਖਿਆ ਜਾਂਦਾ, ਫਿਰ ਉਹਦਾ ਜਨਮ ਹੁੰਦਾ ਹੈ। ਆਪਾਂ ਸਾਰੇ ਪਰ ਦੂਸਰਾ ਸਾਰੇ ਤੁਹਾਨੂੰ ਦੱਸਿਆ ਕਿ ਬਹੁਤ ਵੱਡਾ ਅਨਰਥ ਹੋਇਆ। ਗੁਰੂ ਸਾਹਿਬ ਨੂੰ ਗਿਣਾ ਨਹੀਂ ਕਰ ਸਕਦੇ ਕਿਉਂਕਿ ਅਸੀਂ ਮਰਨ ਲਿਖਾ ਕੇ ਆਏ। ਮੈਂ ਪਿਛਲੇ ਹਫ਼ਤੇ ਮੇਰੇ ਮਾਤਾ ਜੀ ਡੈਥ ਹੋਈ, ਇਹ ਸ਼ਨੀਵਾਰ ਮੈਂ ਭੁੱਖ ਪਾਇਆ ਅਤੇ ਬੜਾ ਦੁੱਖ ਲੱਗ ਰਿਹਾ ਸੀਗਾ ਕਿ ਮਾਤਾ ਜੀ ਸਾਨੂੰ ਕਿਉਂ ਛੱਡ ਗਏ। ਉਹਨਾਂ ਦੀ ਉਮਰ 77 ਸਾਲ ਸੀ, ਪਰ ਜਦੋਂ ਮੈਂ ਇਹ ਸ਼ਨੀਵਾਰ ਦੇਖਿਆ ਤਾਂ ਮਨ ਨੂੰ ਹੌਸਲਾ ਦਿੰਦਾ ਕਿ ਪਤਾ ਨਹੀਂ ਕੋਈ ਉੱਥੇ
ਉਮਰ ਫਿਕਸ ਨਹੀਂ ਹੈ, ਕੋਈ ਟਾਈਮ ਫਿਕਸ ਨਹੀਂ ਹੈ, ਕੋਈ ਦੁੱਖ ਦਰਦ ਫਿਕਸ ਨਹੀਂ ਹੈ, ਕੋਈ ਦੁਖੀ ਹੈ, ਕੋਈ ਸੁਖੀ ਹੈ, ਉਹਦੀ ਫਸਲ ਹੈ, ਉਹਨੇ ਜਦੋਂ ਦਿਲ ਕਰਨਾ ਵੱਟ ਕੇ ਹੋ oh.
ਸ਼ੇਖਰ ਸਾਹਿਬ ਮਨੋ ਨਬੀਸ ਸਹਿਲਾ ਮਰਨਾ ਹੋਏ ਸਹਿਲਾ ਮਰਨਾ ਜੋ ਪਾਵੇ ਤੇ
कहाँ गए बाबा
खर्च तुम्हारा सारा
जागत सोया
खेल करें ते
ਜੁੜ ਬੈਠੇ ਹਾਂ ਸਹਿਬਾਂ ਦੀ ਗੋਦ ਅੰਦਰ ਅਗੰਭੀ ਬਚਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਰੂਪੀ ਉਪਦੇਸ਼ ਯਾਦ ਕਰ ਰਹੇ ਹਾਂ ਜੋ ਕੁਛ ਦਿਨ ਪਹਿਲੇ ਸਾਡੇ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ ਸਾਨੂੰ ਸਦੀ ਵੀ ਵਿਛੋੜਾ ਦੇ ਕੇ ਗਏ ਹਨ ਇਹਨਾਂ ਦੀ ਪਵਿੱਤਰ ਯਾਦ ਅੰਦਰ ਸਮੂਹ ਪਰਿਵਾਰ ਮਿਲ ਕਰਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤਿਗੁਰਾਂ ਦੇ ਸ਼ਬਦ ਰੂਪੀ ਉਪਦੇਸ਼ਾਂ ਨਾਲ ਜੁੜਨਾ ਕਰ ਰਿਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਬਖਸ਼ਿਸ਼ ਕਰਨ ਵਿਛੜੀ ਹੋਈ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਵਾਗਮਨ ਦੇ ਚੱਕਰ ਵਿੱਚੋਂ ਮੁਕਤ ਕਰਕੇ ਆਪਣੇ ਚਰਨਾਂ 'ਚ ਜਗ੍ਹਾ ਦੇਣ ਔਰ ਪਿੱਛੇ ਸਮੂਹ ਪਰਿਵਾਰ ਰਿਸ਼ਤੇਦਾਰ ਸਾਖ ਸੰਬੰਧੀਆਂ ਬੱਚਿਆਂ ਨੂੰ ਸਭਨਾਂ ਨੂੰ ਆਪਣੇ ਪਾਣੀ ਅੰਦਰ ਜੀਵਨ ਕਰਨ ਦੀ ਸੋਝੀ ਪ੍ਰਦਾਨ ਕਰੂੰਗਾ ਕੀਰਤਨ ਦੀ ਸਮਰਤੀ ਹੈ ਹੁਣ ਅੱਜ ਦੀ ਸੇਵਾ ਵਿੱਚ ਸਾਡੇ ਅਤਿ ਸਤਿਕਾਰਯੋਗ ਪੰਥ ਦੇ ਮਹਾਨ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਜੀ ਕੁਝ ਘੜੀਆਂ ਵਾਸਤੇ ਅੱਜ ਨਾਲ ਸ਼ਬਦ ਦੀ ਵਿਚਾਰ ਸਾਂਝੀ ਕਰਨਾ ਕਰਨਗੇ ਆਪ ਜਿਤਨਾ ਪਾਸੋਂ ਸ਼ਬਦ ਦੀ ਵਿਚਾਰ ਸਾਂਝੀ ਕਰਨਾ ਕਰੋ ਦਾਸਿਆਂ ਨੂੰ ਕਿਮਾ ਬਖਸ਼ਿਸ਼ ਕਰੋ ਫਤਿਹ ਪ੍ਰਵਾਨ ਕਰੋ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਤੂ ਪਾਏ ਕਿਸਨੋ ਕਹੀਏ ਨਾਨਕਾ ਸਭ ਕਿਛ ਆਪੇ ਆਪ ਸੱਚੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਵਿਮਾਨ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨਮ ਅੱਜ ਆਪ ਜੀ ਸਾਰੇ ਸ਼ਾਂਤੀ ਪਰਿਵਾਰ ਦਾ ਦੁੱਖ ਵੰਡਾਉਣ ਵਾਸਤੇ ਪਰਿਵਾਰ ਨਾਲ ਹਮਦਰਦੀ ਰੱਖਦਿਆਂ ਹੋਇਆਂ ਗੁਰੂ ਬਖਸ਼ੀ ਮਰਿਆਦਾ ਅਨੁਸਾਰ ਆਪ ਸਾਰੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਇਕੱਤਰ ਹੋਏ ਹੋ ਆਓ ਜਿੱਥੇ ਆਪ ਜੀ ਨੇ ਦਸਰੇ ਤੋਂ ਪ੍ਰਥਮ ਸਤਿਕਾਰ ਜੋ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਕਰਤਾਰਪੁਰ ਸਾਹਿਬ ਵਾਲੇ ਤਿਨ੍ਹਾਂ ਦੀ ਕੀਰਤਨੀ ਜਥੇ ਪਾਸੋਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਕੁਝ ਮਿੰਟ ਆਪਾਂ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰਨਾ ਕਰੋ ਕਿਰਪਾ ਬਖਸ਼ੋ ਅਸੀਸ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕਿਦਾਤੇ ਕਾਦਰੇ ਸਰਕਾਰ ਬੇਗ ਸਾਰ ਯਾਰ ਹੱਕ ਰਾਹ ਗੰਜੂਰ ਜੁਮਲਾ ਫੈਜੇ ਨੂਰ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਬਾ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਕੀਰਤਨ ਰੂਪ ਦੇ ਵਿੱਚ ਹੁਣੇ ਜੋ ਅੰਤਲਾ ਸ਼ਬਦ ਸਰਵਣ ਕੀਤਾ ਹੈ ਫਰੀਦਾ ਦਰਿਆਵੈ ਕੰਨੈ ਬਗਲਾ ਬੈਠਾ ਕੇਲ ਕਰੇ
ਕੇਰ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਇਹ ਬਾਬਾ ਫਰੀਦ ਜੀ ਹੁਣਾਂ ਦਾ ਉਚਾਰਨ ਕੀਤਾ ਹੋਇਆ ਸਲੋਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 1382 ਦੇ ਉੱਪਰ ਸੁਭਾਇਮਾਨ ਹੈ। ਬਾਬਾ ਫਰੀਦ ਜੀ ਹੁਣਾਂ ਨੇ ਸਲੋਕ ਦੇ ਅੰਦਰ ਜਿੱਥੇ ਉਸ ਪਰਮੇਸ਼ਰ ਦੇ ਹੁਕਮ ਦਾ ਜ਼ਿਕਰ ਕੀਤਾ ਹੈ, ਕਾਲ ਦੀ ਖੇਡ ਦਾ ਜ਼ਿਕਰ ਕੀਤਾ ਹੈ, ਉੱਥੇ ਨਾਲ ਸਾਨੂੰ ਇੱਕ ਸੁਚੇਤਤਾ ਵੀ ਦਿੱਤੀ ਹੈ ਕਿਉਂਕਿ ਆਮ ਕਰਕੇ ਅਸੀਂ ਲੋਕਾਂ ਨੇ ਜੋ ਇੱਕ ਸੰਸਾਰਕ ਇਸ ਧਰਤੀ 'ਤੇ ਰਹਿਣ ਵਾਲੇ ਇਨਸਾਨਾਂ ਨੇ ਇੱਕ ਪੈਮਾਨਾ ਬਣਾਇਆ ਹੈ ਕਿ ਬੰਦੇ ਦੀ ਜਿਹੜੀ ਜਾਣ ਦੀ ਉਮਰ ਹੈ ਸੰਸਾਰ ਤੋਂ ਉਹ ਅਸੀਂ ਬਜ਼ੁਰਗੀ ਤੋਂ ਬਾਅਦ ਮੰਨਦੇ ਹਾਂ ਕਿਉਂਕਿ ਤਿੰਨ ਅਵਸਥਾਵਾਂ ਇਸ ਸਰੀਰ ਦੀਆਂ, ਪਹਿਲਾ ਬਾਲਪਨ, ਫਿਰ ਜਵਾਨੀ ਤੇ ਤੀਸਰਾ ਬੁਢੇਪਾ। ਅਸੀਂ ਬੁਢੇਪੇ ਤੋਂ ਬਾਅਦ ਇਸ ਬਾਤ ਨੂੰ ਮੰਨਦੇ ਹਾਂ ਜਾਂ ਕਹਿੰਦੇ ਹਾਂ ਕਿ ਹਾਂ ਇਹ ਉਮਰ ਜਿਹੜੀ ਜਾਣਦੀ ਹੈ ਇਹਦੇ ਵਿੱਚ ਇਨਸਾਨ ਜਿਹੜਾ ਉਹ ਸੰਸਾਰ ਤੋਂ ਜਾਂਦਾ। ਪਰ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਜਦੋਂ ਜ਼ਿਕਰ ਕੀਤਾ ਹੈ, ਜਿਵੇਂ ਬਾਬਾ ਫਰੀਦ ਜੀ ਹੁਣਾਂ ਨੇ ਬਚਨ ਕਹਿ, ਜਦੋਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਇਹ ਬਚਨ ਕਹਿ ਤੇ ਸਤਿਗੁਰੂ ਕਹਿੰਦੇ ਨੇ ਨਾ ਬਾਰਿਕ ਨਾ ਜੋਗਨ ਨਾ ਬਿਰਤੀ ਕਛ ਬੰਦ, ਬਈ ਨਾ ਤੇ ਬਾਲਪਾਨੀ ਮੌਤ ਵਾਸਤੇ ਰੁਕਾਵਟ ਬਣ ਸਕਦੀ ਹੈ ਨਾ ਜਵਾਨੀ ਦਾ ਹੀ ਕੋਈ ਉੱਥੇ ਇਹੋ ਜਿਹੀ ਰੋਕ ਹੈ ਵੀ ਇਸ ਉਮਰ ਵਿੱਚ ਜੋ ਨਹੀਂ ਲਿਜਾ ਸਕਦਾ, ਜਿਵੇਂ ਅੱਜ ਅਸੀਂ ਜਿਸ ਵੀਰ ਦੀ ਯਾਦ ਵਿੱਚ ਬੈਠੇ ਹਾਂ। ਪਰ ਜਵਾਨੀ ਵਿੱਚ ਜੋ ਸੰਸਾਰ ਤੋਂ ਗਿਆ ਔਰ ਕਹਿੰਦੇ ਨਾ ਬਜ਼ੁਰਗੀ ਕੋਈ ਬੰਧਨ, ਨਾਲ ਅਗਲੀ ਪੰਕਤੀ ਵਿੱਚ ਕਹਿ ਦਿੱਤਾ ਉਹ ਬੇਰਾ ਨਹਿ ਬੁੱਝੀ ਹੈ ਜੋ ਆਏ ਪਰੈ ਜਮ ਫੰਦ। ਕਹਿੰਦੇ ਕਦੋਂ ਆ ਕੇ ਜਮਾਂ ਨੇ ਫਾਈ ਪਾ ਲੈਣੀ ਹੈ, ਕਾਲ ਦੀ ਫਾਈ ਗਲ ਵਿੱਚ ਪੈ ਜਾਣੀ ਹੈ, ਕਦੋਂ ਤੁਰਨ ਦਾ ਜਾਣ ਦਾ, ਜਦੋਂ ਤੁਰਨ ਦਾ ਇੱਥੋਂ ਸੰਸਾਰ ਤੋਂ ਹੁਕਮ ਹੋ ਜਾਣਾ। ਉਹ ਮਹਾਰਾਜ ਕਹਿੰਦੇ ਵੇਲੇ ਦਾ ਉਹ ਸਮੇਂ ਦਾ ਕੋਈ ਪਤਾ ਨਹੀਂ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਉਂਕਿ ਗੁਰਬਾਣੀ ਸਾਨੂੰ ਧਰਵਾਸ ਦਿੰਦੀ ਹੈ, ਦੋ ਪੱਖ ਨੇ, ਇੱਕ ਅਸੀਂ ਸੰਸਾਰਿਕ ਪੱਖ ਤੋਂ ਜਦੋਂ ਇਹ ਜਾਣਦੇ ਹਾਂ ਤੇ ਸੰਸਾਰਿਕ ਪੱਖ ਦੇ ਵਿੱਚ ਅਸੀਂ ਅਕਸਰ ਹੀ ਇਹ ਬੋਲ ਕਹਿੰਦੇ ਹਾਂ ਵੀ ਜਿਸ ਇਨਸਾਨ ਦੇ ਤਨ ਨੂੰ ਲੱਗਦੀ ਹੈ ਉਹੀ ਜਾਣਦਾ, ਜਿਸ ਮਨੁੱਖ ਦੇ ਨਾਲ ਵਰਤਦੀ ਹੈ ਉਹੀ ਜਾਣਦਾ ਹੈ, ਦੂਸਰਾ ਨਹੀਂ। ਅਸੀਂ ਜਿਤਨੇ ਜਿਤਨੇ ਸਰੀਰ ਜੋ ਪਰਿਵਾਰ ਦੇ ਨਾਲ ਜਾਂ ਉਸ ਵੀਰ ਦੇ ਨਾਲ ਸੰਬੰਧ ਸੀ ਉਸ ਨੂੰ ਮਹਿਸੂਸ ਕਰ ਸਕਦਾ,
ਲੇਕਿਨ ਜਦੋਂ ਗੁਰਮਤ ਦੀ ਅਸੀਂ ਬਾਤ ਕਰਾਂਗੇ ਗੁਰੂ ਦੀ ਬਾਣੀ ਦੀ ਤੇ ਫਿਰ ਜਿਹੜੇ ਦਿਨ ਚੱਲ ਰਹੇ ਆ ਸਤਿਗੁਰਾਂ ਨੇ ਕੁਝ ਐਸੀਆਂ ਘਟਨਾਵਾਂ ਕੁਝ ਐਸੇ ਕਾਰਜ ਸਾਡੇ ਸਾਹਮਣੇ ਵਰਤਾਏ। ਛੇਵੇਂ ਪਾਤਸ਼ਾਹ ਮਹਾਰਾਜ ਜੀ ਹੁਣਾਂ ਦੇ ਸਪੁੱਤਰ 9 ਸਾਲ ਦੀ ਆਰਪਣਾ ਵਿੱਚ ਬਾਬਾ ਡਲ ਰਾਏ ਜੀ ਸਰੀਰ ਚੋਲਾ ਤਿਆਗ ਗਿਆ। ਸਤਿਗੁਰਾਂ ਦੇ ਦੂਸਰੇ ਸਪੁੱਤਰ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦੀ ਆਰਬਲਾ 37 ਤੋਂ 38 ਸਾਲਾਂ ਦੇ ਵਿਚਾਲੇ ਸੀ ਜਿੱਦਣ ਉਹਨਾਂ ਨੇ ਸਰੀਰ ਕਚੋਲਾ ਚੱਕ ਗਿਆ। ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਉਂਕਿ ਉਹ ਉਸ ਨਿਰੰਕਾਰ ਦਾ ਸਰੂਪ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਲੇਕਿਨ ਇੱਕ ਸੰਸਾਰਕ ਤੌਰ ਤੇ ਵਰਤਾਰਾ ਜਿਹੜਾ ਸਾਡੇ ਸਾਹਮਣੇ ਰੱਖਿਆ ਤੇ ਬਾਬਾ ਗੁਰਦਿੱਤਾ ਜੀ ਹੁਣਾਂ ਦੇ ਅਕਾਲ ਚਲਾਣੇ ਤੇ ਜਿਵੇਂ ਅੱਜ ਤੁਸੀਂ ਸੰਗਤ ਰੂਪ ਇਕੱਤਰ ਹੋਏ ਹੋ ਮਹਾਰਾਜ ਦੇ ਦਰ ਤੇ ਵੀ ਬੜੀਆਂ ਸੰਗਤਾਂ ਗਈਆਂ ਤੇ ਉੱਥੇ ਇੱਕ ਸਰੀਰ ਨੇ ਜਿਨ੍ਹਾਂ ਦਾ ਨਾਂ ਜੋਧ ਰਾਏ ਕਰਕੇ ਆਇਆ ਮਾਲਵੇ ਦੀ ਧਰਤੀ ਤੋਂ ਆਇਆ ਉਹ ਸੱਜਣ ਕਾਂਗੜ ਦਾ ਰਹਿਣ ਵਾਲਾ ਸੀ ਦੀਨਾ ਕਾਂਗੜ ਜੋ ਆਪਾਂ ਦੇਖਦੇ ਹਾਂ। ਉਹਨੇ ਸਵਾਲ ਕੀਤਾ ਸੀ ਅਕਸਰ ਅਸੀਂ ਕਰਦੇ ਹਾਂ ਬਈ ਕੀ ਕਾਰਨ ਬਣਿਆ ਨੌਜਵਾਨ ਸੀ ਬੱਚਾ ਆਪ ਜੀ ਦਾ ਔਰ ਧਿਆਨ ਕਰਨਾ ਉਸ ਵਕਤ ਬਾਬਾ ਗੁਰਦਿੱਤਾ ਜੀ ਹੁਣਾਂ ਦੇ ਜੋ ਛੋਟੇ ਸਪੁੱਤਰ ਨੇ ਧੰਨ ਗੁਰੂ ਹਰਿ ਸਾਹਿਬ ਮਹਾਰਾਜ ਉਹਨਾਂ ਦੀ ਆਰਪਣਾ ਵੀ ਕੇਵਲ 7 ਸਾਲ ਦੀ ਸੀ। ਸਤਿਗੁਰਾਂ ਦੇ ਪੋਤਰਾ ਲੱਗਦਾ ਬਾਬਾ ਗੁਰਦਿੱਤਾ ਜੀ ਦਾ ਸਪੁੱਤਰ 7ਵੇਂ ਪਾਤਸ਼ਾਹ ਧੰਨ ਗੁਰੂ ਹਰਿ ਸਾਹਿਬ ਮਹਾਰਾਜ ਦੀ ਆਰਬਲਾ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ ਨੇ ਉਹਨਾਂ ਦੀ ਉਮਰ ਉਸ ਵਕਤ 7 ਸਾਲ ਦੀ ਔਰ ਜਦੋਂ ਸੰਸਾਰ ਤੋਂ ਜਗਤ ਤੋਂ ਚਲੇ ਗਏ ਔਰ ਉਹਨੇ ਆਖਿਆ ਕੀ ਕਾਰਨ ਬਣਿਆ ਤੇ ਮਹਾਰਾਜ ਨੇ ਸਾਨੂੰ ਸਮਝਾਇਆ ਸਾਰੀ ਸੰਗਤ ਨੂੰ ਸੰਬੋਧਨ ਹੁੰਦਿਆਂ ਮਹਾਰਾਜ ਕਹਿੰਦੇ ਜੋਧ ਰਾਏ ਮੌਤ ਦੇ ਕਾਰਨ ਅਨੇਕਾਂ ਹੋ ਸਕਦੇ ਨੇ ਲੇਕਿਨ ਸਾਰੇ ਦੇ ਸਾਰੇ ਮਹਿਜ ਬਹਾਨੇ ਤੋਂ ਵੱਧ ਕੇ ਕੁਝ ਨਹੀਂ। ਅਸੀਂ ਜਿਵੇਂ ਵੀਰ ਦਾ ਸਰਬਜੀਤ ਸਿੰਘ ਹੋਣਾ ਦਾ ਜੋ ਬਹਾਨਾ ਬਣਿਆ ਕਾਰਨ ਬਣਿਆ ਉਹ ਐਕਸੀਡੈਂਟ ਦੇ ਰਾਹੀਂ ਇਸ ਸੰਸਾਰ ਤੋਂ ਰੁਖਸਤ ਹੋ ਗਿਆ। ਸਾਡੇ ਮਨ ਦੇ ਵਿੱਚ ਕਈ ਵਾਰੀ ਇਹੋ ਜਿਹੇ ਵਿਚਾਰ ਇਹੋ ਜਿਹੇ ਖਿਆਲਾਤ ਇਹੋ ਜਿਹੇ ਕਈ ਤਰ੍ਹਾਂ ਦੇ ਚਿੰਤਨ ਆਉਂਦੇ ਨੇ ਔਰ ਅਕਸਰ ਕਈ ਵਾਰੀ ਬੰਦਾ ਜਿੱਥੇ ਆਪਣੇ ਦਿਮਾਗ ਨੂੰ ਆਪਣੀ ਬੁੱਧੀ ਨੂੰ ਸਭ ਕੁਝ ਨੂੰ ਵਰਤ ਕੇ ਚੱਲਦਾ ਹੈ ਲੇਕਿਨ ਮਹਾਰਾਜ ਕਹਿੰਦੇ ਜੇ ਕਿਤੇ ਇਕੱਲਾ ਬੁੱਧੀ ਦੇ ਮਤ ਦੇ ਅਕਲ ਦੇ ਮੁਤਾਬਕ ਹੀ ਹੁੰਦਾ ਨਾ ਤੇ ਬੜੇ ਬੜੇ ਅਕਲਮੰਦ ਲੋਕ ਇਸ ਸੰਸਾਰ ਤੇ ਆਏ ਤੇ ਇੱਥੋਂ ਚਲੇ। ਕਈ ਵਾਰੀ ਬੰਦਾ ਸੋਚਦਾ ਵੀ ਨਹੀਂ ਜੇ ਕਿਤੇ ਐ ਨਾ ਹੁੰਦਾ ਜੇ ਇਸ ਤਰ੍ਹਾਂ ਕਰ ਲੈਂਦੇ ਜੇ ਸਪੀਡ ਇਸ ਤਰ੍ਹਾਂ ਹੁੰਦੀ ਜੇ ਅੱਗੋਂ ਹੁੰਦਾ ਅਕਸਰ ਜੇ ਸ਼ਬਦ ਜਿਹੜਾ ਤੇ ਸਿਆਣੇ ਬਜ਼ੁਰਗ ਇੱਕ ਗੱਲ ਕਹਿੰਦੇ ਸਨ ਵੀ ਅੱਜ ਤੱਕ ਜੇ ਦੀ ਕਿਸੇ ਦੇ ਹੱਥ ਆਈ ਬੰਦਾ ਸਾਰੀ ਜ਼ਿੰਦਗੀ ਇਹ ਸ਼ਬਦ ਵਰਤਦਾ ਜੇ ਕਿਤੇ ਇਸ ਤਰ੍ਹਾਂ ਹੋ ਜਾਏ ਜਾਂ ਜੇ ਕਿਤੇ ਇਸ ਤਰ੍ਹਾਂ ਹੁੰਦਾ ਲੇਕਿਨ ਅੱਜ ਤੱਕ ਇਹ ਸਭ ਸਾਡੀਆਂ ਵਿਚਾਰਾਂ ਨੇ ਸਾਡੇ ਖਿਆਲਾਤ ਨੇ ਲੇਕਿਨ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਕਿਉਂਕਿ 3 ਚੀਜ਼ਾਂ ਮਾਲਕ ਨੇ ਜੋ ਗੁਰਬਾਣੀ ਦੇ ਅੰਦਰ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਇੱਕ ਸਮਾਂ ਦੂਸਰਾ ਸਥਾਨ ਤੇ ਤੀਸਰਾ ਕਾਰਨ
ਜਿੱਦਣ ਸਮਾਂ ਆਣ ਢੁੱਕਦਾ ਹੈ, ਜਿਹੜਾ ਸਮਾਂ ਉਸ ਮਾਲਕ ਵੱਲੋਂ ਨਿਰਧਾਰਿਤ ਕੀਤਾ ਗਿਆ ਹੈ, ਔਰ ਦੂਸਰਾ ਉਹ ਥਾਂ ਆਣ ਪੁੱਜਦੀ ਹੈ ਜਿਸ ਥਾਂ ਤੇ ਉਹ ਕੁਝ ਵਾਪਰਨਾ ਹੋਵੇ, ਤੇ ਤੀਸਰੇ ਸਾਨੂੰ ਕੋਈ ਚੰਗੀ ਖਬਰ ਆਵੇ, ਸ਼ਾਇਦ ਕਿਤੇ ਕੋੜਾ ਪੈ ਜਾਏ, ਸ਼ਾਇਦ ਕਿਤੇ ਇਸ ਤਰ੍ਹਾਂ ਹੋ ਜਾਏ। ਪਰ ਮਹਾਰਾਜ ਕਹਿੰਦੇ ਜੋ ਚਿਤਵਿਆ ਨਹੀਂ ਨਾ ਹੁੰਦਾ, ਜੋ ਮਨ ਚਿੱਤ ਨਾ ਚੇਤੇ ਸਨ ਬਾਲ ਪੈ ਕਿਸ ਰੱਬ ਦੇ ਕੇਲਾ ਮਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਦੀ। ਕਹਿੰਦੇ ਉਹ ਗੱਲਾਂ ਉਹ ਖੇਡਾਂ ਮਾਲਕ ਖਿਡਾਉਂਦਾ ਹੈ ਜਿਹੜੀਆਂ ਅਸੀਂ ਕਦੀ ਸੋਚੀਆਂ ਵੀ ਨਹੀਂ ਹੁੰਦੀਆਂ, ਵਿਚਾਰੀਆਂ ਵੀ ਨਹੀਂ ਹੁੰਦੀਆਂ, ਕਦੀ ਇਹੋ ਜਿਹਾ ਵੀ ਨਹੀਂ ਸੋਚਿਆ। ਕਿਉਂਕਿ ਥੋੜੇ ਜਿਹੇ ਸਮੇਂ ਦੇ ਵਿੱਚ ਪਿਛਲੇ ਦੇ ਸਮੇਂ ਵਿੱਚ ਪਹਿਲਾਂ ਪਿਤਾ ਜੀ ਚਲੇ ਗਏ ਵੀਰ ਜੀ ਹੁਣਾਂ ਦੇ, ਲੇਕਿਨ ਉਸ ਮਾਲਕ ਦਾ ਜਿਵੇਂ ਅਸੀਂ ਉਸ ਦੁੱਖ ਨੂੰ ਮੰਨਦੇ ਹਾਂ ਵੀ ਹਾਂ ਪਿਤਾ ਰਾਜੇ ਜੀ ਜਿਹੜਾ ਉਹ ਸਮਾਂ ਚਲੇ ਗਏ ਸੰਸਾਰ ਤੋਂ, ਲੇਕਿਨ ਉਸ ਮਾਲਕ ਨੂੰ ਕੀ ਪਾਉਂਦਾ ਹੈ। ਤਾਂ ਹੀ ਸਾਹਿਬ ਨੇ ਗੁਰਬਾਣੀ ਦੇ ਅੰਦਰ ਐਸੀਆਂ ਉਦਾਹਰਨਾਂ ਦੇ ਕੇ ਸਾਡੇ ਸਾਹਮਣੇ, ਔਰ ਫਿਰ ਇਤਿਹਾਸ ਇਹ ਗੁਰਬਾਣੀ ਜੋ ਸਾਨੂੰ ਆਸਰਾ ਦਿੰਦੀ ਹੈ। ਫਿਰ ਜਿਹੜੇ ਦਿਹਾੜੇ ਚੱਲ ਰਹੇ ਨੇ, ਚੇਤਾ ਰੱਖਿਓ 2 ਸਾਲ ਦਾ ਸੀ ਬਾਬਾ ਫਤਿਹ ਸਿੰਘ ਜਿੱਦਣ ਮਾਤਾ ਜੀ ਤੋਂ ਜੀ ਅਕਾਲ ਚਲਾਣਾ ਕਰ ਗਏ ਸੀ, ਕੇਵਲ 2 ਸਾਲ ਦੀ ਆਦਤ ਦਾ ਸੀ। ਫਿਰ ਆਪਾਂ ਕੱਲ੍ਹ ਦਿਹਾੜਾ ਜੇ ਮਨਾਉਣਾ ਹੈ, ਵੱਡੇ ਸਾਹਿਬਜ਼ਾਦਿਆਂ ਦੀਆਂ ਕੀ ਉਮਰਾਂ ਸਨ ਜੀ, ਸਤਿਗੁਰਾਂ ਦੇ ਸਾਹਮਣੇ ਉਹ ਪੁੱਤਰ ਸ਼ਹੀਦ ਹੋ ਗਿਆ, ਕਿੰਨੀਆਂ ਉਮਰਾਂ ਸਨ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ। ਅੰਗੀਕਾਰ ਕਰੇ ਤੇਰਾ ਆਕਾਰ ਸਤਿਗੁਰਨਾ ਸਤਨਾ ਗੱਲਾਂ ਸੁਮਰਤ ਸੁਆਮੀ ਸੋ ਕੇ ਮਨੁ ਸਾਰੇ ਕਹਿ ਨਾਨਕ ਮਨ ਤੇਰੇ ਸਦਾ ਰੂਹਰ ਨਾਗੇ ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿੱਧ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗੁਮਾਈਆਂ ਕਰ ਸਾਧ ਸੁਖ ਮਨ ਅਹਿੰਸਿਆ ਜਿਨ ਇੱਛਾ ਸਭ ਜਾਣੀਆਂ ਸਦਾ ਗੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਆਈ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖੋਆ ਤਿਤ ਕਰ ਅਨਹਦ ਵਾਜੇ ਅਨਹਦ ਸੁਣੋ ਬਜ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁਖ ਰੋਗ ਸੰਤਾਪੇ ਉਤਰੇ ਸੁਣੀ ਸੱਚੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਵਾਜੇ ਅਨਹਦ
ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਇਹਨਾਂ ਪਿਆਰਿਆਂ ਚੌਂ ਸਰਜਾਦਿਆਂ ਚਾਰ ਮੁਕਤਿਆਂ ਜਿਹਨਾਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਮਿਟ ਕੀਤਾ ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਤਰਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਉਣ ਕਾ ਸਦਕਾ ਸਰਸੁਖ ਹੋਇ ਜਾਣਾ ਖਾਲਸਾ ਜੀ ਸਾਹਿਬ ਤਾਂ ਤਾਂ ਅੱਛਿਆ ਰਿਆਇ ਦੇਖਤੇ ਵਤੇ ਵਤ ਕੀ ਪੈਰ ਹੱਥ ਕੀ ਜੀਤ ਤੇ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਜੁਗੋ ਜੁਗਾ ਟਾਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸੁਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਕੇ ਰਾਖੇ ਆਪ ਵਾਹਿਗੁਰੂ ਉਪਰੰਤ ਨੂੰ ਛੋੜਿਆ ਗਿਆ ਹੈ ਚਰਨਾਂ ਚ ਅਰਦਾਸ ਬੇਨਤੀ ਜੋਗੜੀ ਆਪ ਜੀ ਦੇ ਚਰਨਾਂ ਦੇ ਪੂਜਾ ਕਰਦੇ ਹੋਏ ਇਹ ਸੰਸਾਰ ਤੋਂ ਲੋਕ ਆਉਂਦੇ ਹਨ ਉਹਨਾਂ ਨੂੰ ਵੀ ਰੂਹ ਕਲਿਆਣ ਵਾਸਤੇ ਅਰਦਾਸ ਬੇਨਤੀ ਕਰਦੇ ਹੋਏ ਪਰਿਵਾਰ ਤੇ ਸੰਗਤਾਂ ਨੇ ਮਿਲ ਕਰਕੇ ਕਾਮਨਾ ਹਜ਼ੂਰੀ ਚ ਗੁਰਮਤਿ ਦੇ ਦੀਵਾਨ ਸਜਾਏ ਸਜੇ ਦੀਵਾਨ ਵਿੱਚ ਲਾਹੀ ਬਾਣੀ ਦੇ ਕੀਰਤਨ ਗੁਰਮਤਿ ਵਿੱਚ ਆਵ ਸਮੂਹ ਪਰਿਵਾਰ ਤੇ ਸੰਗਤਾਂ ਦੇ ਹਿਰਦਿਆਂ ਤੇ ਸੋਣਾ ਸਰੀਰ ਤੋਂ ਵਿਛੜੀ ਰੂਹ ਨੂੰ ਸਦੀਵ ਕਾਲ ਆਪਣੇ ਚਰਨ ਕਮਲਾਂ ਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਸੰਬੰਧੀਆਂ ਨੂੰ ਗੁਰਮਤਿ ਅਨੁਸਾਰ ਭਾਣਾ ਮਨ ਦਾ ਬਖਸ਼ਣਾ ਦੁੱਖਾਂ ਕਲੇਸ਼ਾਂ ਦਾ ਨਾਸ ਕਰਕੇ ਸੁੱਖਾਂ ਦਾ ਪ੍ਰਕਾਸ਼ ਸੇਵਾ ਸੰਬੰਧੀਆਂ ਦਾਤਾਂ ਬੱਚਿਆਂ ਨੂੰ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀਓ ਸੇਵਕ ਪਰਿਵਾਰ ਤੇ ਸੰਗਤਾਂ ਵੱਲੋਂ ਕੀਤਾ ਭੇਟਾ ਦਰ ਤੇ ਚੱਕ ਕੇ ਭੇਟਾ ਕੀਤੇ ਗਏ ਸੇਵਕਾਂ ਦੀ ਸੇਵਾ ਦਰ ਤੇ ਪ੍ਰਵਾਨ ਕਰ ਲੈਣੀ ਕੜਾ ਪ੍ਰਸ਼ਾਦ ਦੀ ਦੇਖ ਗੁਰੂ ਕਾ ਲੰਗਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਿਆਂ ਕੜਾ ਪ੍ਰਸ਼ਾਦ ਅਤੇ ਗੁਰੂ ਕਾ ਲੰਗਰ ਸਮੂਹ ਸੰਗਤ ਵਰਤਾਉਣ ਦੀ ਆਗਿਆ ਹੋਵੇ ਕਰੋ ਕਿਰਪਾ ਪਾਵਨ ਹੁਕਮਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪੜੀ ਅਕਾਲ ਕੀ ਤਵੇ ਚਲਾਇਓ ਪੰਥ ਕਿਰਪਾ
ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਸ਼ਰਧਾਂਜਲੀ ਸਮਾਰੋਹ ਵਿੱਚ ਇਕੱਤਰ ਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਣ ਅਤੇ ਪਵਿੱਤਰ ਬੋਧ ਵਿੱਚ ਜੋੜ ਬੈਠੀ ਗੁਰੂ ਤੇਗ ਸਾਹਿਬ ਜੀ ਆਓ, ਸਭ ਤੋਂ ਪਹਿਲੇ ਸਰਨ ਪਵਿੱਤਰ ਕਰੋ, ਫਤਿਹ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਆ ਜਾਣਾ ਕਿ ਮਰੇ ਕੇ ਕੈਸਾ ਮਰਨਾ ਹੋਏ, ਬਹੁਤ ਹੀ ਘੱਟਾ ਸਿਖਾਈ ਹੈ। ਪਰ ਬੋਧ ਕਿਸ ਰੂਪ ਵਿੱਚ ਆਉਂਦੀ ਹੈ, ਕਿਸ ਸਥਾਨ 'ਤੇ ਆਉਂਦੀ ਹੈ, ਕਿਸ ਢੰਗ ਨਾਲ ਆਉਂਦੀ ਹੈ, ਇਸਦਾ ਕਿਸੇ ਇਨਸਾਨ ਨੂੰ ਪਤਾ ਨਹੀਂ। ਰੀਤਾ ਦਰਿਆਵੇ ਕਰਨੇ ਬਗਲਾ ਬੈਠਾ ਖੇਲ ਕਰੇ, ਖੇਲ ਕਰੇ ਦੇ ਹੰਜਰੋਂ ਅਚਿੱਤੇ ਬਾਜ ਪਏ, ਬਾਜ ਪਏ ਅਤੇ ਸਰੱਬ ਦੇ ਕੀਲਾਂ ਵਿਸਰੀਆਂ, ਜੋ ਗੱਲ ਚਿੱਤਰਾ ਚਿੱਤੇ ਸਨ ਸੋ ਗਲੀ ਰੱਖਿਆ। ਇਹੀ ਸਾਰਾ ਕੁਛ ਸਾਡੇ ਉਸ ਸੰਗੀਤ ਨਾਲ ਵਾਪਰਿਆ। ਹੱਸਦਾ ਖੇਡਦਾ ਪਰਿਵਾਰ ਸ਼ੋਕ ਦੇ ਵਿੱਚ ਡੁੱਬ ਗਿਆ। ਬਹੁਤ ਸੌਖਾ ਹੈ ਕਹਿਣਾ ਗੁਰੂ ਦਾ ਪਾਣ ਮੰਨ ਲਓ, ਪਰ ਜ਼ਿਆਦਾ ਲਾਗੇ ਸੋਤਰ ਜਾਣੇ ਕੌਣ ਜਾਣੇ ਵੀਰ ਪੜਾਈ। ਜਿਸ ਪਰਿਵਾਰ ਦੇ ਪਾਣ ਟੁੱਟਦਾ ਹੈ, ਜਿਸ ਪਰਿਵਾਰ ਦੇ ਪਾਣ ਵਾਪਰਦਾ ਹੈ, ਉਸਨੂੰ ਦਿਲਾਸਾ ਦੇਣਾ, ਉਸਨੂੰ ਭਾਣਾ ਮੰਨਣ ਦੀ ਗੱਲ ਕਹਿਣਾ, ਇਹ ਦਿਨਵੇਂ ਇਨਸਾਨ ਦੇ ਵੱਸ ਦੀ ਗੱਲ ਨਹੀਂ। ਅਖੀਰ ਸਾਨੂੰ ਭਾਣਾ ਤਾਂ ਮੰਨਣਾ ਪੈਣਾ ਹੈ, ਕਿਉਂਕਿ ਗੁਰਬਾਣੀ ਦੇ ਅਸਰ ਅਸੀਂ ਚੱਲਣਾ ਹੈ। ਪਰ ਅੱਜ ਜੋ ਪਰਿਵਾਰ ਦੇ ਭਾਣਾ ਵਾਪਰ ਰਿਹਾ ਹੈ, ਜੋ ਪਹਾੜ ਟੁੱਟਾ ਹੈ, ਸਾਡੀ ਉਸ ਭੈਣ ਨੂੰ ਪੁੱਛਿਆ ਜਾਏ ਜਿਸਦੇ ਸਿਰ ਤੋਂ ਸਾਈ ਚਲਾ ਗਿਆ। ਅੱਜ ਉਸ ਪਰਿਵਾਰ ਨੂੰ ਉਹਨਾਂ ਛੋਟੇ ਛੋਟੇ ਬੱਚਿਆਂ ਦਾ ਕੀ ਕਸੂਰ ਹੈ ਜਿਨ੍ਹਾਂ ਬੱਚਿਆਂ ਤੋਂ ਬਾਪ ਦਾ ਸਾਇਆ ਉੱਠ ਕੇ ਚਲਾ ਗਿਆ। ਉਹ ਧੋਖਾ ਹੈ। ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਹਾਸੇ ਵਾਪਰਦੇ ਹਨ, ਮੌਤ ਇੱਕ ਟਲ ਸਦਾਈ ਹੈ, ਪਰ ਮੌਤ ਦਾ ਵੀ ਕੋਈ ਸਮਾਂ ਹੁੰਦਾ ਹੈ। ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਅਜਿਹੇ ਸਮੇਂ ਆਉਂਦੇ ਹਨ ਜਦੋਂ ਪਰਮਾਤਮਾ ਦਾ ਵੀ ਰੋਸ ਜਾਗਦਾ ਹੈ ਕਿ ਇਹ ਪਰਮਾਤਮਾ ਤੂੰ ਅੱਜ ਕੀ ਪਾਣਾ ਵਰਤਾਇਆ। ਗੁਰੂ ਨਾਨਕ ਸਾਹਿਬ ਨੇ ਵੀ ਜਦੋਂ ਬਾਬਰ ਨੂੰ ਜਾਬਰ ਕਹਿ ਕੇ ਪਰਮਾਤਮਾ ਦੇ ਨਾਲ ਲੜਾਈ ਕੀਤੀ, ਤੈਂ ਕੀ ਦਰਦ ਨਾ ਆਇਆ। ਅਤੇ ਅੱਜ ਉਹੀ ਸਵਾਲ ਸਾਡੇ ਕੇ ਖੜਾ ਹੋ ਗਿਆ ਕਿ ਸਾਡਾ ਉਹ ਵੀਰ ਸਰਬਜੀਤ ਜਿਹੜਾ ਸਾਧੇ ਦਿਲ ਜੀ ਸੀ, ਹਰ ਪਰਿਵਾਰ ਦੇ ਨਾਲ ਇਹੀ ਅਹਿਸਾਸ ਕਰਵਾਉਂਦਾ ਸੀ ਕਿ ਉਹ ਤੁਹਾਡੇ ਪਰਿਵਾਰ ਦਾ ਮੈਂਬਰ ਹੈ, ਮੈਂ ਸਮਝਦਾ ਸੀ ਉਹ ਮੇਰੇ ਪਰਿਵਾਰ ਦਾ ਮੈਂਬਰ ਹੈ, ਨਾਲ ਦੇ ਸੱਜਣ ਕਹਿੰਦੇ ਸੀ ਉਹ ਮੇਰੇ ਪਰਿਵਾਰ ਦਾ ਮੈਂਬਰ ਹੈ। ਅੱਜ ਸਾਡਾ ਉਹ ਵੀਰ ਚਲਾ ਗਿਆ, ਦਰਾਸਾ ਦੇਣ ਬਹੁਤ ਔਖਾ ਹੈ। ਦਰਾਸੇ ਦੇਣ ਦੇ ਨਾਲ ਜ਼ਿੰਦਗੀ ਨਹੀਂ ਚੱਲਦੀ, ਦਰਾਸੇ ਦੇਣ ਦੇ ਨਾਲ ਕੀ ਸਾਨੂੰ ਹੌਸਲਾ ਆ ਜਾਂਦਾ ਹੈ, ਇਹ ਖਾਲੀ ਕਹਿਣ ਦੀ ਗੱਲ ਹੈ। ਕਿਉਂਕਿ ਅਜਿਹੀ ਬੋਧ ਜਿਸ 'ਤੇ ਪਰਮਾਤਮਾ ਦੇ ਨਾਲ ਵੀ ਲੜਨ ਨੂੰ ਦਿਲ ਕਰਦਾ ਹੈ, ਪਰਮਾਤਮਾ ਨੂੰ ਲਾਵਾਂ ਦੇਣ ਦੇ ਦਿਲ ਕਰਦਾ ਹੈ ਕਿ ਇਹ ਪਰਮਾਤਮਾ ਇਸ ਪਰਿਵਾਰ ਨੇ ਕੀ ਗੁਨਾਹ ਕੀਤਾ ਸੀ, ਉਹਨਾਂ ਛੋਟੇ ਛੋਟੇ ਬੱਚਿਆਂ ਦਾ ਕੀ ਗੁਨਾਹ ਸੀ ਜਿਹਨਾਂ ਬੱਚਿਆਂ ਤੋਂ ਤੂੰ ਉਸ ਬਾਪ ਦਾ ਸਾਇਆ ਲੈ ਕੇ ਚਲਾ ਗਿਆ। ਪਰ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ, ਜਿਸ ਸਾਰੇ ਸੋ ਨਾਹੀ ਚਾਰਾ ਤਾਂ ਕੋ ਕੀਜੇ ਸਦ ਨਮਸਕਾਰਾ। ਅਖੀਰ ਉਸ ਵਿਧੀ ਨੇ ਵਧਾ ਦੇ ਅੱਗੇ ਉਸ ਪਰਮਾਤਮਾ ਦੇ ਅੱਗੇ ਸਾਨੂੰ ਸਿਰ ਨਵਾਉਣਾ ਹੀ ਪੈਣਾ ਹੈ। ਤੇਰਾ ਪਾਣਾ ਮਿੱਠਾ ਲਾਗੇ ਕਹਿਣਾ ਪੈਣਾ ਹੈ, ਮੰਨਣਾ ਪੈਣਾ ਹੈ। ਸੋ ਮੈਂ ਜ਼ਿਆਦਾ ਨਾ ਕਹਿ ਕੇ ਅੱਜ ਸਾਡਾ ਛੋਟਾ ਵੀਰ ਹਰ ਦਿਲ ਅਜੀਤ, ਕਿਉਂਕਿ ਅਜਿਹੇ ਸਾਨ ਬਹੁਤ ਦੁਨੀਆਂ ਦੇ ਵਿੱਚ ਘੱਟ ਆਉਂਦੇ ਹਨ, ਮੈਂ ਆਪਣੇ ਦਿਲ ਦੀ ਗਹਿਰਾਈ ਤੋਂ ਕਹਿ ਰਿਹਾ।
ਮੈਂ ਜਦੋਂ ਉੱਥੇ ਮਿਲਿਆ ਤਾਂ ਭਾਅ ਜੀ ਪੈਸੇ ਦੇਣ ਦਿਓ, ਕਿਸੇ ਕੰਮ ਨਹੀਂ ਗਿਆ, ਭਾਅ ਜੀ ਤੁਸੀਂ ਬਹੁਤ ਦੇਰ ਬਾਅਦ ਮਿਲੇ ਹੋ, ਆਵਾਜ਼ ਲਗਾ ਕੇ ਮਿਲਣੀ। ਉਹਦੇ ਮਨ ਦੇ ਵਿੱਚ ਪਤਾ ਨਹੀਂ ਕੀ ਸੋਚ ਸੀ ਕਿ ਇੰਨੀ ਜਲਦੀ ਚਲੇ ਜਾਣਾ ਹੈ, ਸ਼ਾਇਦ ਅਜਿਹੇ ਇਨਸਾਨ ਪਰਮਾਤਮਾ ਨੂੰ ਫੁੱਲਾਂ ਦੇ ਵਾਂਗੂ ਲੈ ਕੇ ਜਾਂਦਾ ਹੈ, ਅਜਿਹੇ ਇਨਸਾਨ ਜੋ ਫੁੱਲਾਂ ਦੇ ਵਾਂਗੂ ਤੋੜੇ ਜਾਂਦੇ ਹਨ, ਛੋਟੀਆਂ ਕਲੀਆਂ ਤੋੜੀਆਂ ਜਾਂਦੀਆਂ ਹਨ, ਉਦੋਂ ਪਰਮਾਤਮਾ ਦੀ ਗਿਲਾ ਬਹੁਤ ਹੁੰਦਾ ਹੈ। ਪਰ ਅਸੀਂ ਕੁਛ ਕਰ ਨਹੀਂ ਸਕਦੇ ਇੱਧਰਾਂ ਵੀ ਇਨਸਾਨ ਨਾਲ, ਸੋ ਜ਼ਿਆਦਾ ਨਾ ਕਹਿੰਦੇ ਕਿਉਂਕਿ ਧਰਮ ਪਰਿਵਾਰ ਮੇਰਾ ਆਪਣਾ ਪਰਿਵਾਰ ਹੈ, ਲੁਧਿਆਣੇ ਤੋਂ ਨਾਨਕਾ ਪਰਿਵਾਰ ਹੈ, ਮੱਕੜ ਪਰਿਵਾਰ ਇਹ ਵੀ ਮੇਰਾ ਆਪਣਾ ਪਰਿਵਾਰ ਹੈ। ਦੇਖ ਰਿਹਾ ਇਸ ਇਕੱਠ ਦੇ ਵਿੱਚ ਸਾਰੇ ਸ਼ਹਿਰ ਤੋਂ ਨਹੀਂ, ਪੂਰੇ ਪੰਜਾਬ ਭਰ ਤੋਂ ਅੱਜ ਜਲਦੇ ਦੇ ਮੌਕੇ ਦੇ ਉੱਤੇ ਜੋ ਭਾਣਾ ਪਰਿਵਾਰ ਨਾਲ ਵਾਪਰਿਆ, ਅੱਜ ਦੁੱਖ ਦੀ ਘੜੀ ਦੇ ਵਿੱਚ ਸਾਡੇ ਪਰਿਵਾਰ ਨਾਲ ਸਾਰੇ ਖੜੇ ਹਨ। ਮੈਂ ਜ਼ਿਆਦਾ ਨਾ ਕਹਿ ਕੇ ਕਿਉਂਕਿ ਮੈਂ ਵੀ ਪਰਿਵਾਰ ਨੂੰ ਮੈਂਬਰ ਹਾਂ, ਔਰ ਪਰਿਵਾਰ ਦੇ ਤੌਰ 'ਤੇ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੇ ਨਾਲ ਆ ਕੇ ਸਾਰਿਆਂ ਨੇ ਦਰਦ ਵੰਡਾਇਆ, ਦੁੱਖ ਵੰਡਾਇਆ, ਅਰਦਾਸੇ ਸ਼ਾਮਲ ਹੋਏ, ਔਰ ਪਰਮਾਤਮਾ ਕਿਰਪਾ ਕਰੇ ਜੋ ਭਾਣਾ ਪਰਮਾਤਮਾ ਨੇ ਵਰਤਾਇਆ ਹੈ ਉਹ ਭਾਣਾ ਮੰਨਣ ਨੂੰ ਬਲ ਵੀ ਪਰਮਾਤਮਾ ਬਖਸ਼ੇ। ਮੈਂ ਜ਼ਿਆਦਾ ਨਾ ਕਹਿ ਕੇ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਮੈਂਬਰ ਹੁੰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਔਰ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਜੋ ਬੱਚਿਆਂ ਦੇ ਉਸੇ ਵਾਪਰੀ ਹੈ ਪਰਮਾਤਮਾ ਜੁਗੋ ਜੁਗ ਤਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖੇ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਤੇ ਇਹੀ ਨਹੀਂ ਸਮਝ ਆ ਰਿਹਾ ਵੀ ਇਹ ਸਾਡਾ ਯਾਰ ਰੰਗਲਾ ਸਾਡਾ ਯਾਰ ਮੈਨੂੰ ਤੇ ਪਰਮਾਤਮਾ ਨਾਲ ਮਿਲਦਾ, ਮੈਂ ਲੰਘਦਾ ਪਿਆ। ਇਹ ਮੈਂ ਤੁਹਾਨੂੰ ਗੱਲ ਦੱਸਣਾ, ਮੈਂ ਰਾਤ ਲੰਘਦਾ ਪਿਆ, ਅੱਜ ਤੱਕ ਮੈਂ ਕਦੀ ਵੀ ਲੰਘਿਆ ਨਾ ਉੱਥੋਂ, ਤਾਂ ਮੈਨੂੰ ਉਹਨੇ ਫੋਨ ਕਰਕੇ ਕਿਹਾ ਪਤਾ ਨਹੀਂ ਉਸ ਦਿਨ ਨਿਗਾਹ, ਔਰ ਜਦੋਂ ਮੈਨੂੰ 6 ਵਜੇ ਸਵੇਰੇ ਪਤਾ ਲੱਗਾ ਤੇ ਮਨ ਇੰਨਾ ਉਦਾਸ, ਇਹ ਸੱਚੇ ਪਾਤਸ਼ਾਹ ਪਹਿਲਾਂ ਆਉਂਦੇ ਪਿਤਾ ਜੀ ਚਲੇ ਗਏ, ਏਦਾਂ ਦੇ ਇਨਸਾਨ ਜ਼ਿੰਦਗੀ 'ਚ ਨਹੀਂ ਲੱਭਦੇ। ਡਾਇਮੰਡ ਸਾਰੇ ਸ਼ਹਿਰ ਨੂੰ ਪਿਆਰ ਕਰਨ ਵਾਲਾ, ਸਾਰਾ ਪਰਿਵਾਰ ਇਸੇ ਤਰ੍ਹਾਂ, ਆਪਣੇ ਕੋਲ ਲਫ਼ਜ਼ ਨਹੀਂ ਜਿਹੜਾ ਮਨ ਇੰਨਾ ਪਰੇਸ਼ਾਨ ਹੈ, ਏਡਾ ਅੱਛਾ ਬੋਲਦਾ, ਏਡਾ ਅੱਛਾ ਹਰ ਬੰਦੇ ਨਾਲ ਪਿਆਰ ਕਰਨਾ ਅੱਜ ਵੇਖਣ ਨੂੰ ਮਿਲਦਾ ਹੈ। ਮੈਨੂੰ ਨਹੀਂ ਲੱਗਦਾ ਜਿਵੇਂ ਭਾਟੀਆ ਜੀ ਨੇ ਕਿਹਾ ਪੂਰਾ ਪੰਜਾਬ, ਪੂਰੇ ਪੰਜਾਬ ਤੋਂ ਲੋਕਾਂ ਨਾਲ ਪਿਆਰ, ਜਿਹਨੂੰ ਵੀ ਕਿਤੇ ਗੱਲ ਕਰਦੇ ਹਾਂ, ਔਰ ਬੜਾ ਹੀ ਦੁੱਖ ਲੱਗਦਾ ਹੈ ਇਸ ਬੱਚੇ ਦੇ ਜਾਣ, ਛੋਟੇ ਛੋਟੇ ਬੱਚੇ ਦੇ ਕੇ। ਵਾਹਿਗੁਰੂ ਤੇਰੇ ਤੇ ਵੀ ਸਾਨੂੰ ਹਿਰਖ ਹੈ ਸੱਚੇ ਪਾਤਸ਼ਾਹ, ਪਰ ਕੀ ਕਰ ਸਕਦਾ ਇਨਸਾਨ। ਪਰਮਾਤਮਾ ਨੇ ਜਿੰਨੇ ਜਿੰਨੇ ਸਵਾਸ ਲਿਖੇ ਹੈ ਉਹਨੇ ਉਹਨੇ ਇਨਸਾਨ ਨੇ ਭੁੱਲ ਕੇ ਜਾਣਾ। ਸੱਚੇ ਪਾਤਸ਼ਾਹ ਦੀ ਜੇ ਲਿਖਿਆ ਹੀ ਸੱਚੇ ਪਾਤਸ਼ਾਹ ਤੋਂ ਇਸੇ ਤਰ੍ਹਾਂ ਸੀ ਤੇ ਕੀ ਕਰ ਸਕਦਾ ਕੋਈ ਇਨਸਾਨ। ਜਿੰਨੀ ਸਾਧ ਸੰਗਤ ਜਿੱਥੇ ਜਿੰਨੇ ਕਦਮ ਤੁਸੀਂ ਇਸ ਪਰਿਵਾਰ ਵਿੱਚ ਚੱਲ ਕੇ ਆਏ ਤੁਹਾਡਾ ਕੋਟਾਂ ਕੋਟ ਲੱਖਾਂ ਵਾਰ ਧੰਨਵਾਦ। ਮੈਂ ਆਪਦੇ ਵੱਲੋਂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ, ਔਰ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ, ਪ੍ਰਧਾਨ ਰਣਜੀਤ ਸਿੰਘ ਅਹਲੂਵਾਲੀਆ ਜੀ ਵੱਲੋਂ, ਸਾਰੀ ਸਾਧ ਸੰਗਤ ਜਿੰਨੇ ਕਦਮ ਤੁਸੀਂ ਇੱਥੇ ਚੱਲ ਕੇ ਆਏ ਹੋ ਉਸ ਪਰਿਵਾਰ ਦਾ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਦੀ ਹਾਂ ਸਾਰੀ ਸੰਗਤ ਨੂੰ ਕਿ ਜਿੱਥੇ ਤੁਸੀਂ ਵੀਰ ਸਾਹਿਬ ਜੀ ਨੂੰ ਇੰਨਾ ਪਿਆਰ ਦਿੰਦੇ ਸੀ ਉੱਥੇ ਇੱਕ ਪ੍ਰਣ ਕਰੀਏ ਕਿ ਅਸੀਂ ਆਪਣੀ ਭੈਣ ਨੂੰ ਕਦੀ ਵੀ ਦੁੱਖ ਨਹੀਂ ਦੇਖਣ ਦੇਣਾ ਜਿੱਥੇ ਕਿਤੇ ਲੋੜ ਪਵੇਗੀ।
ਅਸੀਂ ਇਸ ਪ੍ਰਭਾਵ ਦੇ ਨਾਲ ਖੜੇ ਹੋਣਾ। ਮੈਂ ਵਚਨ ਦਿੰਦਾ ਗੁਰਮਤਿ ਕੈਂਪ ਦੀ ਸਾਰੀ ਟੀਮ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਜਿੱਥੇ ਕਿੱਥੇ ਲੋੜ ਪਏਗੀ ਇਸ ਭੈਣ ਨੂੰ ਸਾਡੀ, ਅਸੀਂ ਇਸ ਪਰਿਵਾਰ ਦੇ ਨਾਲ ਖੜੇ ਹਾਂ। ਜਦੋਂ ਵੀ ਸਾਨੂੰ ਬੁਲਾਉਣਗੇ ਅਸੀਂ ਉਸ ਵੀਰ ਦਾ ਪਿਆਰ ਦਾ ਮੌਕਾ ਨਹੀਂ ਦੇ ਸਕਦੇ, ਪਰ ਜਿੱਥੇ ਕਿੱਥੇ ਲੋੜ ਪਏਗੀ ਸਾਡੀ ਭੈਣ ਨੂੰ ਅਸੀਂ ਇਸ ਪਰਿਵਾਰ ਨਾਲ ਖੜੇ ਹਾਂ। ਸੋ ਮੇਰੀ ਬੇਨਤੀ ਹੈ ਕਿ ਪ੍ਰਭਜੋਤ ਸਿੰਘ ਜੀ ਨੂੰ ਦਸਤਾਰ ਭੇਟ ਕੀਤੀ ਜਾਏਗੀ। ਬੋਲੇ ਸੋ ਗੁਰਮੀਤ ਸਿੰਘ ਜੀ, ਚਾਚਾ ਛੇੜਨ, ਕਿਸੇ ਲੀਡਰ ਸਾਹਿਬਾਨ ਦਾ, ਧਾਰਮਿਕ ਲੀਡਰ ਸਾਹਿਬਾਨ ਦਾ, ਕਿਸੇ ਹੋਰ ਵਿਸ਼ੇਸ਼ ਵਿਅਕਤੀ ਦਾ ਨਾਮ ਰਹਿ ਗਿਆ ਹੋਵੇ ਲੈਣ ਵਾਸਤੇ, ਮਾਫ਼ੀ ਦੇਣਾ। ਮੈਂ ਬੇਨਤੀ ਕਰਾਂਗਾ ਗੁਰਮੀਤ ਸਿੰਘ ਜੀ ਚਾਚਾ ਛੇੜਾ ਵਾਲੇ। ਸ਼ਬਦ ਸਾਹਿਬ ਤਰੀਕੀ ਫਿਕਸ਼ਨ, ਟਾਈਪੀ ਫਿਕਸ਼ਨ, ਟੈਂਗੀ ਫਿਕਸ਼ਨ, ਮਰਨ ਲਿਖਾਏ ਮੰਦਰ ਪੈ, ਪਹਿਲੇ ਮਰਨ ਲਿਖਿਆ ਜਾਂਦਾ, ਫਿਰ ਤੁਹਾਡਾ ਜਨਮ ਹੁੰਦਾ ਆਪਾਂ ਸਾਰੇ। ਪਰ ਦੂਸਰਾ ਸਾਹਿਬ ਤੁਹਾਨੂੰ ਦੱਸਿਆ ਕਿ ਬਹੁਤ ਵੱਡਾ ਅਨਰਥ ਹੋਇਆ, ਗੁਰੂ ਸਾਹਿਬ ਨੂੰ ਗਿਣਾ ਨਹੀਂ ਕਰ ਸਕਦੇ ਕਿਉਂਕਿ ਅਸੀਂ ਮਰਨ ਲਿਖਾ ਕੇ ਆਏ। ਮੈਂ ਪਿਛਲੇ ਹਫ਼ਤੇ ਮੇਰੇ ਮਾਤਾ ਜੀ ਡੈਥ ਹੋਈ, ਇਹ ਸ਼ਨੀਵਾਰ ਮੈਂ ਭੁੱਖ ਪਾਇਆ ਅਤੇ ਬੜਾ ਦੁੱਖ ਲੱਗ ਰਿਹਾ ਸੀਗਾ ਕਿ ਮਾਤਾ ਜੀ ਸਾਨੂੰ ਕਿਉਂ ਛੱਡ ਗਏ। ਹੁਣ ਜੀ ਉਹਨੂੰ 77 ਸਾਲ ਸੀ, ਪਰ ਜਦੋਂ ਮੈਂ ਇਸ ਵੀਰਵਾਦ ਵੇਖਿਆ ਤਾਂ ਮਨ ਨੂੰ ਹੌਸਲਾ ਆ ਜਾਂਦਾ ਕਿ ਪਤਾ ਨਹੀਂ ਕੋਈ ਉਸੇ ਉਮਰ ਫਿਕਸ ਨਹੀਂ ਹੈ, ਕੋਈ ਟਾਈਮ ਫਿਕਸ ਨਹੀਂ ਹੈ, ਕੋਈ ਦੁੱਖ ਦਰਦ ਫਿਕਸ ਨਹੀਂ ਹੈ, ਕੋਈ ਦੁਖੀ ਹੈ, ਕੋਈ ਸੁਖੀ ਹੈ, ਉਹਦੀ ਫਸਲ ਹੈ, ਉਹਨੇ ਜਦੋਂ ਦਿਲ ਕਰਨਾ ਵੱਟ ਕੇ ਲੈਣਾ। ਸੋ ਇਹ ਪਰਿਵਾਰ ਵਾਕਈ ਬਹੁਤ ਵਧੀਆ ਪਰਿਵਾਰ ਆ। ਮੇਰਾ ਇਸ ਪਰਿਵਾਰ ਦਾ ਕਮ ਸੇ ਕਮ ਜਿਉਂਦਾ ਵੀ ਜੰਮਿਆ ਹੁੰਦਾ ਰਿਲੇਸ਼ਨ, ਖਾਸ ਕਰ ਡਿੰਪਲ ਜੀ ਨਾਲ ਮੇਰਾ ਬਹੁਤ ਪਿਆਰ ਸੀ। ਮੈਂ ਜਦੋਂ ਵੀ ਜਾਣਾ, ਚਾਚਾ ਜੀ ਕਦੋਂ ਆਇਓ, ਚਾਚਾ ਜੀ ਬਾਹਰੋਂ ਕਦੋਂ ਆਇਓ, ਚਾਚਾ ਜੀ ਮੈਨੂੰ ਸੇਵਾ ਦੱਸੋ, ਚਾਚਾ ਜੀ ਤੁਸੀਂ ਮਿਲਦੇ ਹੀ ਨਹੀਂ, ਰੋਜ਼ ਹੀ ਫਿਕਰ ਰੱਖਦੀ। ਔਰ ਜਦੋਂ ਮੈਨੂੰ ਪਤਾ ਲੱਗਾ, ਇੰਨਾ ਵੱਡਾ ਧੱਕਾ ਲੱਗਾ, ਇੰਨਾ ਵੱਡਾ ਧੱਕਾ ਲੱਗਾ, ਮੈਨੂੰ ਇਹ ਲੱਗਦਾ ਕਿ ਮੇਰਾ ਸਕਾ ਭਰਾ ਸੀ, ਸ਼ਾਇਦ ਮੇਰਾ ਆਪਣੇ ਪਿਆਰ ਭਰਾ ਨਾਲ ਮੇਰਾ ਪਿਆਰ ਵੀ ਸੀ। ਜਦੋਂ ਪੰਜ ਸਿੰਘ ਬਿਮਾਰ ਸੀਗਾ ਤੇ ਮੈਂ ਆਪਣੇ ਬ੍ਰਦਰ ਨੂੰ ਬਿਮਾਰੀ ਦੇ ਤੌਰ ਤੇ ਲੇਬਰ ਦੀ ਵਾਹਿਗੁਰੂ 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 ਵਾਹਿਗੁਰੂ
ਬੇਨਤੀ ਹੈ ਗ੍ਰਾਹ ਪ੍ਰਸ਼ਾਦੀ ਦੇ ਲਾਭ ਜੀ ਬਾਹਰ ਪ੍ਰਾਪਤ ਹੋਏਗੀ ਗ੍ਰਾਹ ਪ੍ਰਸ਼ਾਦੀ ਦੇ ਲਿਆ ਕੇ ਇੱਥੇ ਦੇ ਹਸਪਤਾਲ ਵਿੱਚ ਪਹੁੰਚ ਕੇ ਗੁਰਦਾ ਲੰਗਰ ਸਰਬੀਰ ਤੋਂ ਬਾਹਰ ਕਰੋ ਜੀ ਬਾਹਰ ਵਿੱਚ ਕਰਤਾਰ ਸਿਆਪ ਬਾਹਰ